ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ। ਤਸਵੀਰਾਂ ਤੁਹਾਨੂੰ ਘੁਬਾਇਆ ਤੋਂ ਦਿਖਾ ਰਹੇ ਹਾਂ। ਦੱਸ ਦਈਏ ਕਿ ਜਿੱਥੇ ਇੱਕ ਬਜ਼ੁਰਗ ਜਿਸ ਦੀ ਉਮਰ 118 ਸਾਲ ਸੀ, ਉਹਦੀ ਅੰਤਿਮ ਯਾਤਰਾ ਕੱਢੀ ਜਾ ਰਹੀ ਹੈ। ਅੰਤਿਮ ਯਾਤਰਾ ਦੇ ਵਿੱਚ ਪਿੰਡ ਵਾਸੀ ਸ਼ਾਮਲ ਹੋਏ ਨੇ। ਦੱਸ ਦਈਏ ਕਿ ਹੁਣ ਇੱਕ ਹੋਰ ਅੰਤਿਮ ਯਾਤਰਾ ਜਿਹੜੀ ਹੈ ਤੁਹਾਨੂੰ ਦਿਖਾ ਰਹੇ ਹਾਂ, ਜਿਸ ਦੇ ਵਿੱਚ ਇੱਕ ਬਜ਼ੁਰਗ ਜਿਸ ਦੀ ਉਮਰ 118 ਸਾਲ ਹੈ, ਔਰ ਉਹ ਅੱਜ ਉਸਦੀ ਜਿਹੜੀ ਹੈ ਅੰਤਿਮ ਯਾਤਰਾ ਕੱਢੀ ਜਾ ਰਹੀ ਹੈ। ਤਾਂ ਉਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਢੋਲ ਵਾਜਿਆਂ ਦੇ ਨਾਲ ਇਹ ਅੰਤਿਮ ਯਾਤਰਾ ਕੱਢੀ ਜਾ ਰਹੀ ਹੈ। ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਜਿੱਥੇ ਅੰਤਿਮ ਯਾਤਰਾ ਜਿਹੜੀ ਹੈ ਉਸ ਦੇ ਵਿੱਚ ਢੋਲ ਨਗਾੜੇ ਵਜਾਏ ਜਾ ਰਹੇ ਆ, ਢੋਲ ਵਜਾਇਆ ਜਾ ਰਿਹਾ, ਭੰਗੜੇ ਪਾਏ ਜਾ ਰਹੇ ਆ, ਉੱਥੇ ਹੀ ਨਾਲ ਆਤਿਸ਼ਬਾਜ਼ੀ ਵੀ ਕੀਤੀ ਜਾ ਰਹੀ ਹੈ। ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਹੇ ਆ 118 ਸਾਲ ਦੀ ਬਜ਼ੁਰਗ ਮਾਤਾ, ਕੀ ਨਾਂ ਸੀ ਮਾਤਾ ਦਾ? ਇੰਦਰੋ ਬਾਈ, 118 ਸਾਲ ਦੀ, ਜਿਨ੍ਹਾਂ ਦੀ ਉਮਰ ਦੱਸੀ ਜਾ ਰਹੀ 118 ਸਾਲ ਆਪਣੀ ਜ਼ਿੰਦਗੀ ਦੇ ਬਤੀਤ ਕਰਨ ਤੋਂ ਬਾਅਦ ਅੱਜ ਉਹਨਾਂ ਦੀ ਅੰਤਿਮ ਯਾਤਰਾ ਜਿਹੜੀ ਆ ਉਹ ਕੱਢੀ ਜਾ ਰਹੀ ਹੈ, ਜਿਸ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ।
ਤਾਂ ਇਹ ਅੰਤਿਮ ਯਾਤਰਾ ਜਿਹੜੀ ਹੈ ਘਰ ਤੋਂ ਸ਼ਮਸ਼ਾਨ ਤਾਈਂ, ਉਹਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ। 118 ਸਾਲ ਦੀ ਅਮਰੋਬਾਈ ਦੀ ਅੱਜ ਜਿਹੜੇ ਹੈ ਅੰਤਿਮ ਯਾਤਰਾ ਕੱਢੀ ਜਾ ਰਹੀ ਹੈ, ਤਾਂ ਉਸ ਸਮੇਂ ਭੰਗੜੇ ਪਾਏ ਜਾ ਰਹੇ ਹੈ, ਢੋਲ ਵਜਾਏ ਜਾ ਰਹੇ ਹੈ, ਔਰ ਇਸ ਦੇ ਨਾਲ ਹੀ ਜਿਹੜਾ ਹੈਗਾ ਆਤਿਸ਼ਬਾਜ਼ੀ ਵੀ ਕੀਤੀ ਜਾ ਰਹੀ ਹੈ। ਆ ਜਾਓ, ਦੋ ਤਿੰਨ ਦੋ ਬੰਦੇ ਹੋਰ ਬੁਲਾ ਲਓ, ਆ ਜਾਓ। ਹਾਂਜੀ, ਅੱਜ ਅੰਤਿਮ ਯਾਤਰਾ ਜਿਹੜੀ ਹੈ ਕੱਢੀ ਜਾ ਰਹੀ ਹੈ। ਕੀ ਨਾਂ ਸੀ ਬਜ਼ੁਰਗਾਂ ਦਾ? ਹਾਂਜੀ, ਇੰਦਰੋ ਬਾਈ ਜੀ। ਇੰਦਰੋ ਬਾਈ, ਕਿੰਨੀ ਉਮਰ ਹੋ ਗਈ ਸੀ? 118 ਪਲੱਸ ਹੀ ਹੈ ਲਗਭਗ। ਇੱਕ ਕੁ ਆਏ ਦੇ, ਅਸੀਂ ਬਹੁਤ ਕਿਸਮਤ ਵਾਲੇ ਹਾਂ ਕਿ ਮੇਰੇ ਨਾਲ ਸਭ ਤੋਂ ਜ਼ਿਆਦਾ ਇਸ ਵਾਲੇ, ਇਸ ਤੋਂ ਬਾਅਦ ਇੱਕ 10 ਦੇ ਲਗਭਗ ਇੱਕ ਹੋਰ ਮਾਤਾ ਜੀ ਬੈਠੇ, ਕਿਉਂਕਿ ਅੱਜ ਸਾਨੂੰ ਮੌਕਾ ਮਿਲਿਆ ਉਹਨਾਂ ਦੇ ਦਰਸ਼ਨ ਕਰਨ ਦਾ। ਬਾਕੀ ਬਹੁਤ ਵਧੀਆ ਗੱਲ ਹੈ, ਯਕੀਨੀ ਜੀ ਦੇ ਵਿੱਚ ਜਾਣਾ ਬਹੁਤ ਹੀ, ਕਿਉਂਕਿ ਇਹ ਤਾਂ ਕਿਸਮਤ ਵਾਲੇ ਪਿੰਡ ਨੇ ਜਿੱਥੇ ਇਹਨਾਂ ਦੇ ਬਜ਼ੁਰਗ ਬੈਠੇ ਨੇ ਇੰਨੀ ਇੰਨੀ ਹਾਂਜੀ ਉਮਰ ਭੋਗ ਕੇ 118। ਅੱਜ ਦੇ ਸਮੇਂ 'ਚ ਤਾਂ ਪੋਸੀਬਲ ਹੀ ਨਹੀਂ ਹੈਗਾ। ਨਾ ਨਾ ਜੀ, ਵੱਧ ਤੋਂ ਵੱਧ 50-55 ਦੀ ਵਿੱਚ ਹੀ ਰੇਂਜ, ਅੱਜ ਕੱਲ੍ਹ ਤਾਂ ਯੂਥ ਚੱਲਿਆ ਜੀ, ਇਹ ਤਾਂ ਮਾਲਕ ਦੀ ਹੈ। ਬਾਕੀ ਬਜ਼ੁਰਗਾਂ ਦਾ ਬਹੁਤ, ਅਸੀਂ ਲੱਕੀ ਪਿੰਡ ਹੈ ਸਾਡਾ ਵੀ, ਇੱਕ ਇਸ ਤੋਂ ਬਾਅਦ ਸਾਡੇ ਬਜ਼ੁਰਗ ਇੱਕ ਹੋਰ 110 ਪਲੱਸ ਦੇ ਲਗਭਗ ਬੈਠੇ ਨੇ। ਇਹ ਤਾਂ ਬਹੁਤ ਕਿਸਮਤ ਵਾਲਾ ਹੈ, ਉਹਨਾਂ ਦੇ ਦਰਸ਼ਨ ਕਰਕੇ ਅੱਜ ਮਿਲਿਆ। ਚਲੋ, ਪਰਮਾਤਮਾ ਸਾਰਿਆਂ ਦੇ ਇਸ ਦੁਨੀਆਂ ਦੇ ਹੈ ਜੀ। ਕੀ ਕਹਿਣਾ ਚਾਹੋਗੇ ਜੀ? ਅਸੀਂ ਕਹਿਣਾ ਚਾਹੁੰਦੇ ਹਾਂ, ਇਹ ਮਾਤਾ ਰਾਣੀ ਦੀ ਉਮਰ ਬਹੁਤ ਲੰਬੀ ਗਈ ਹੈ, ਅਤੇ ਇੱਕ ਬਜ਼ੁਰਗ ਹੋਰ ਬੈਠਾ ਸਾਡਾ, ਉਹ ਇਹਦੀ ਵੀ 110 ਸਾਲ ਉਮਰ ਹੈ। ਅੱਜ ਤੁਸੀਂ ਫਿਰ ਖੁਸ਼ੀ ਨਾਲ ਖੁਸ਼ੀ ਮਨਾ ਰਹੇ ਹੋ ਜੀ? ਜੀ ਜੀ ਬਜ਼ੁਰਗੋ, ਕਿੰਨੀ ਤੁਹਾਡੀ ਉਮਰ ਕਿੰਨੀ ਹੋ ਗਈ? 80 ਸਾਲ। 118 ਸਾਲ ਉਮਰ ਬਹੁਤ ਹੁੰਦੀ ਹੈ, ਤੇ ਇਹ ਖੁਸ਼ੀ ਵੀ ਹੈ ਇਸ ਗੱਲ ਦੀ ਵੀ ਇੰਨੀ ਉਮਰ ਭੋਗ ਕੇ ਗਿਆ ਬੰਦਾ, ਬਹੁਤ ਹੁੰਦੀ ਉਮਰ ਇੰਨੀ। ਇਹ ਰਿਵਾਜ ਹੈ ਜੀ ਪਿੰਡ ਵਿੱਚ, ਮਤਲਬ ਕਿ ਜਦੋਂ ਕੋਈ ਜ਼ਿਆਦਾ ਉਮਰ ਭੋਗ ਕੇ ਜਾਂਦਾ ਫਿਰ ਇਸ ਤਰ੍ਹਾਂ ਹੀ ਉਹਨੂੰ ਜਿਹੜਾ ਹੈਗਾ ਅੰਤਿਮ ਵਧਾਈ ਦਿੱਤੀ ਜਾਂਦੀ। ਅੱਛਾ, ਇਸੇ ਤਰੀਕੇ ਨਾਲ।
ਰਿਵਾਜ ਹੈ ਜੀ? ਹਾਂਜੀ ਹਾਂਜੀ, ਇਹ ਕੋਈ ਵੀ ਇਦਾਂ ਦਾ ਹੁੰਦਾ, ਖੁਸ਼ੀ ਦਾ ਮਾਹੌਲ ਹੈ ਜੀ, ਕਿਸਮਤ ਨਾਲ ਹੀ ਹੁੰਦਾ ਵੀ ਇੰਨੀ ਉਮਰ ਭੋਗ ਲਈ ਹੈ। ਠੀਕ ਹੈ, ਤੇ ਫਿਰ ਉਹਨਾਂ ਵੱਡੀ ਖੁਸ਼ੀ ਕੀ ਹੋਏਗੀ? ਇਸ ਤੋਂ ਵੱਡੀ ਕੀ ਹੋਏਗੀ? ਸਭ ਕੁਝ ਇਸ ਤੋਂ ਵੱਡੀ ਖੁਸ਼ੀ ਕੀ ਹੋਏਗੀ ਜੀ? ਇੰਦੀ ਮਾਤਾ ਦੀ ਬਜ਼ੁਰਗ ਹੈਗੀ, ਉਮਰ ਹੋ ਗਈ, ਪੋਤੀਆਂ ਪੋਤਰਿਆਂ ਪਰੋਤੜਿਆਂ ਵਾਲੇ ਹੋ ਗਏ, ਤੇ ਇਹ ਸੰਸਕਾਰ ਨਾਲ ਢੋਲ ਵਾਜਾਂ ਦੇ ਨਾਲ ਲੈਂਦਾ ਸੰਸਕਾਰ ਕਰਨਾ ਹੁੰਦਾ। ਸਾਡੀ ਪੀੜੀ ਵਾਸਤੇ ਵੇਖਣ ਨੂੰ ਇਹ ਚੀਜ਼ਾਂ ਮਿਲੀਆਂ ਨੇ, ਕਿਉਂਕਿ ਇਹ ਚੀਜ਼ਾਂ ਅੱਜ ਕੱਲ੍ਹ ਮਿਲਦੀਆਂ ਕਿੱਥੇ ਆ ਜੀ? ਬਜ਼ੁਰਗ ਬਹੁਤ ਹੈ, ਠੀਕ ਹੈ, ਪੰਜਾਬ 'ਚ ਕਿਤੇ ਕੋਨੇ ਕੋਨੇ 'ਤੇ ਮਿਲਦਾ ਇਹ ਚੀਜ਼ਾਂ, ਪਰ ਦੇਖੋ ਸਾਨੂੰ ਤਾਂ ਸਾਡੇ ਪਿੰਡ ਵਿੱਚ ਹੈਗੇ ਆ ਅਸੀਂ। ਹਾਂਜੀ ਹਾਂਜੀ ਹਾਂ, ਤਾਂ ਬਿਲਕੁਲ ਜਿਹੜਾ ਹੈਗਾ ਪਿੰਡ ਦੇ ਲੋਕ, ਪਿੰਡ ਦੇ ਬਸ਼ਿੰਦੇ ਇੱਥੇ ਇਕੱਠਾ ਹੈਗੇ ਆ, ਢੋਲ ਜਿਹੜੇ ਆ ਛੈਣੇ ਇੱਥੇ ਅੱਜ ਵਜਾਏਗੇ ਆ। ਦੱਸ ਦਈਏ ਕਿ ਅਮਰੋ ਬਾਈ ਨਾਮ ਸੀ, ਇੰਦਰੋ ਬਾਈ ਨਾਮ ਸੀ ਮਾਤਾ ਦਾ, ਔਰ 118 ਸਾਲ ਦੀ ਉਹਨਾਂ ਦੀ ਉਮਰ ਸੀ, ਔਰ 118 ਸਾਲ ਆਪਣੀ ਜ਼ਿੰਦਗੀ ਦੇ ਬਤੀਤ ਕਰ ਅੱਜ ਉਹ ਬ੍ਰਹਮ ਲੋਕ ਨੂੰ ਜਿਹੜਾ ਹੈਗਾ ਰਵਾਨਾ ਹੋ ਗਏ ਆ। ਤਾਂ ਉਹਨਾਂ ਦੀ ਜੋ ਅੰਤਿਮ ਯਾਤਰਾ ਹੈਗੀ ਆ, ਉਸ ਨੂੰ ਪਰਿਵਾਰ ਦੇ ਵੱਲੋਂ ਬੜੇ ਹੀ ਖੁਸ਼ੀ ਵਾਲੇ ਮਾਹੌਲ ਦੇ ਵਿੱਚ ਜਿਹੜਾ ਉਹਨਾਂ ਨੂੰ ਅੱਜ ਵਿਦਾਈ ਦਿੱਤੀ ਗਈ। ਮਾਤਾ ਦੀ ਕੋਈ ਇਹ ਇੱਛਾ ਸੀਗੀ ਵੀ ਇਸ ਤਰ੍ਹਾਂ ਮੈਨੂੰ ਤੋਰਿਆ ਜੀ, ਹੈਗੀ ਸੀ ਇੱਛਾ ਸੀ? ਹਾਂਜੀ ਹਾਂਜੀ, ਕੀ ਕਹਿੰਦੇ ਸੀ? ਸਾਡੇ ਦਾਦੀ ਜੀ ਸੀ ਜੀ, ਲਗਭਗ 1910 ਦਾ ਜਨਮ ਹੈ ਇਹਨਾਂ ਦਾ ਜੀ, ਤੇ ਜਦੋਂ ਪਾਕਿਸਤਾਨ ਤੋਂ ਆਏ ਤਾਂ ਸਾਡੀ ਭੂਆ 15-16 ਸਾਲ ਦੀ ਨਾਲ ਸੀ, ਅਸੀਂ ਇੱਕ ਕਾਫਲੇ ਦੇ ਤੌਰ ਤੇ ਆਏ ਸੀ ਇਕੱਠੇ ਹੋ ਕੇ, ਸਾਡੇ 9 ਪਿੰਡ ਸੀ ਪਿੱਛੇ ਪਾਕਿਸਤਾਨ ਵਿੱਚ। ਅੱਛਾ ਜੀ। ਤੇ ਪਿੱਛੇ ਲਾਸਟ 1 ਮਹੀਨਾ ਇੱਛਾ ਜ਼ਾਹਿਰ ਕੀਤੀ ਵੀ ਸਾਡੇ ਪੋਤਰਾ ਮੈਨੂੰ ਮਿਲ ਕੇ ਜਾਏ, ਤੇ ਮੈਂ ਮਿਲਣ ਗਿਆ ਉੱਥੇ। ਪਰਿਵਾਰ ਕਿੱਡਾ ਪਰਿਵਾਰ ਸੀ ਮਾਤਾ ਦਾ? ਬਹੁਤ ਵੱਡਾ ਜੀ, ਕਿੰਨੇ ਸਾਡੇ, ਅਸੀਂ ਉਹਨਾਂ ਦੇ ਪੋਤਰੇ ਹਾਂ, ਸਾਡੇ ਅੱਗੇ ਜਾ ਕੇ ਪੜਪੋਤਰੇ ਕਹਿ ਲਈਏਗਾ, ਦੋ ਤਰੇ ਉੱਤੋਂ ਅੱਗੇ ਜਾ ਕੇ ਤਿੰਨ ਤਿੰਨ ਪੀੜੀਆਂ ਤੱਕ ਜਾ ਕੇ ਪਰਿਵਾਰ ਫੈਲਿਆ ਹੈ। ਰਿਸ਼ਤਿਆਂ ਦੇ ਲਫ਼ਜ਼ ਖਤਮ ਹੋ ਗਏ, ਇੰਨੇ ਰਿਸ਼ਤੇ ਸੀ? ਟੋਟਲ ਕਿੰਨੇ ਜੀ ਸੀਗੇ ਮਾਤਾ ਦੇ ਪਰਿਵਾਰ ਵਿੱਚ? ਮਾਤਾ ਦੇ ਪਰਿਵਾਰ 7 ਸਿਸਟਰ ਹੋ ਗਈਆਂ, 2 ਲੜਕੇ ਸੀ, ਤਾਂ ਮਤਲਬ ਜਿਹੜੇ 2 ਲੜਕੇ ਸੀ ਸਾਡੇ ਚਾਚਾ ਜੀ, ਉਹ ਦੋਨੋਂ ਤੁਰ ਗਏ ਨੇ ਅੱਜ ਤੋਂ ਲਗਭਗ 15 ਸਾਲ ਪਹਿਲਾਂ। ਅੱਛਾ, 10 ਸਾਲ ਪਹਿਲਾਂ। ਤੇ ਸਾਡੀ ਭੂਆ ਜੀ ਹੈਗੀਆਂ ਨੇ ਸਾਰੀਆਂ, ਮਤਲਬ ਇਹਨਾਂ ਦੀ ਲਾਸਟ ਇੱਛਾ ਸੀ ਵੀ ਮੈਨੂੰ ਪੂਰੇ ਵਾਜੇ ਗਾਜੇ ਨਾਲ ਮਾਸਟਰ ਜੀ ਜਿਸ ਤੋਰੋਗੇ, ਵਾਜੇ ਗਾਜੇ ਨਾਲ ਤੋਰ ਕੇ ਆਇਆ ਜੀ, ਹੁਣ ਮੈਂ ਲਾਸਟ ਲੈਗਸ ਤੇ ਹੈਗੀ ਆ। ਬਹੁਤ ਪਿਆਰ ਕੀਤਾ ਸਾਨੂੰ, ਬਹੁਤ ਜ਼ਿਆਦਾ ਮਾਣ ਸਤਿਕਾਰ ਦਿੱਤਾ ਇਹਨਾਂ। ਜੇ ਇੱਕ ਅੰਦਾਜ਼ਾ ਲਾਈਏ, ਆਪਾਂ ਗਿਣਦੇ ਨੀਗੇ, ਅੰਦਾਜ਼ਾ ਲਾਈਏ ਤਾਂ ਕਿੰਨੇ ਪਰਿਵਾਰ ਦੇ ਵਿੱਚ ਮਾਤਾ ਦੇ ਮੈਂਬਰ ਹੋਣਗੇ? ਸਾਡੇ ਜੇ ਪਰਿਵਾਰ ਚ ਲਾਈਏ ਤਾਂ ਲਗਭਗ 200 ਮੈਂਬਰ ਹੋਣਗੇ। 200 ਦੇ ਕਰੀਬ? ਐਡਾ ਵੱਡਾ ਪਰਿਵਾਰ ਸੀ ਮਾਤਾ ਦਾ, ਰਾਜਸਥਾਨ ਤੱਕ, ਪੰਜਾਬ ਪੂਰੇ ਵਿੱਚ, ਜਿਵੇਂ ਸਾਡਾ ਫਿਰੋਜ਼ਪੁਰ ਜ਼ਿਲ੍ਹਾ ਹੋ ਗਿਆ, ਅੱਗੇ ਜਾ ਕੇ ਰਾਜਸਥਾਨ ਸਾਡੇ ਪਰਿਵਾਰ ਪੁਆਰੇ ਰਹੇ ਨੇ, ਅਤੇ ਸਾਡੇ ਚਾਚਾ ਜੀ ਰਾਜਸਥਾਨ ਰਹਿੰਦੇ ਸੀ, ਮਤਲਬ 2 ਸਟੇਟ ਆਪਾਂ ਲਗਭਗ ਕਵਰ ਕਰ ਚੁੱਕੇ ਹਾਂ। ਬਹੁਤ ਖੁਸ਼ੀ ਵੀ ਹੈਗੀ ਅਤੇ ਗਮ ਵੀ ਹੈਗਾ, ਇਹੋ ਜਿਹੀ ਉਮਰਾਂ ਪਰਮਾਤਮਾ ਸਭ ਨੂੰ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਬਿਲਕੁਲ, ਤਾਂ ਪਿੰਡ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਘੁਬਾਇਆ ਤੋਂ, ਜਿੱਥੇ ਅੱਜ 118 ਸਾਲ ਦੀ ਮਾਤਾ ਜਿਹੜੀ ਹੈ ਉਸਦੀ ਡੈਥ ਹੋਈ ਹੈ। ਪਰਿਵਾਰ ਕਹਿੰਦਾ ਖੁਸ਼ੀ ਵੀ ਹੈ, ਗਮ ਵੀ ਹੈ, ਤਾਂ ਅੰਤਿਮ ਕਿਰਿਆਵਾਂ ਜਿਹੜੀਆਂ ਉਹ ਅੱਜ ਇੱਥੇ ਨਿਭਾਈਆਂ ਜਾ ਰਹੀਆਂ। ਔਰ ਬੜੇ ਮਾਤਾ ਦੀ ਕਹਿੰਦੇ ਕਿ ਉਹਨਾਂ ਦੀ ਖੁਆਇਸ਼ ਸੀ, ਉਹਨਾਂ ਨੇ ਕਿਹਾ ਸੀ ਕਿ ਮੈਨੂੰ ਵਾਜੇ ਗਾਜਿਆਂ ਦੇ ਨਾਲ ਜਿਹੜਾ ਹੈਗਾ ਵਿਦਾ ਕੀਤਾ ਜਾਵੇ। ਗੜਗਾਜ ਪਾਓ ਯਾਰ।